ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਵਿਦ 90 ਸਪੀਡ ਹਾਂਜੀ ਸਟਾਰ ਪੰਜਵੇਂ ਪੜਾਅ ਦੀਆਂ ਚੋਣਾਂ ਸਮਾਪਤ ਹੋ ਗਈਆਂ ਹਨ ਡੰਡੇ ਚਾਹੇ ਇਸ ਪੜਾਅ ਵਿੱਚ ਸਿਰਫ 51 ਸੀਟਾਂ ਤੇ ਵੋਟਾਂ ਪਈਆਂ ਹਨ ਪਰ ਇਹ ਸੀਟਾਂ ਸੱਤ ਰਾਜਾਂ ਵਿੱਚ ਫੈਲੀਆਂ ਹੋਈਆਂ ਹਨ ਡੰਡੇ ਇਨ੍ਹਾਂ ਤੋਂ ਬਾਅਦ ਅਗਲੇ ਦੋ ਪੜਾਵਾਂ ਲਈ 118 ਸੀਟਾਂ ਹੈ ਰਹਿ ਜਾਣ ਗਿਆ ਡੰਡੇ ਚੋਣ ਕਮਿਸ਼ਨ ਨੇ ਬੜੀ ਹੀ ਲੰਮੀ ਸੋਚ ਵਿਚਾਰ ਅਤੇ ਵਿਚਾਰ ਵਟਾਂਦਰੇ ਤੋਂ ਪਿੱਛੋਂ ਇਹ ਫੈਸਲਾ ਲਿਆ ਸੀ ਡੰਡੇ ਬਹੁਤੀਆਂ ਥਾਵਾਂ ਤੇ ਚੋਣ ਕਮਿਸ਼ਨ ਸਾਹਮਣੇ ਅਨੇਕਾ ਹੀ ਮਜਬੂਰੀਆਂ ਸਨ ਡੰਡੇ ਗੁਜਰਾਜ ਵੱਖ-ਵੱਖ ਕਾਰਨਾ ਕਰਕੇ ਅਸ਼ਾਂਤ ਚਲੇ ਆ ਰਹੇ ਅਤੇ ਉਹਨਾਂ ਵਿੱਚ ਵੋਟਾਂ ਪਾਉਣ ਦਾ ਕੰਮ ਬੇहद ਚੁਣੌਤੀ ਭਰਿਆ ਹੈ ਡੰਡੇ ਪਰ 6 ਹਫ਼ਤਿਆਂ ਦੀ ਇਸ ਲੰਮੀ ਸਰ ਗਰਮੀ ਨੇ ਇੱਕ ਤਰ੍ਹਾਂ ਨਾਲ ਵੋਟਰਾਂ ਨੂੰ ਅਤੇ ਉਮੀਦਵਾਰਾਂ ਨੂੰ ਵੀ ਬੁਰੀ ਤਰ੍ਹਾਂ ਥਕਾ ਦਿੱਤਾ ਹੈ ਡੰਡੇ ਇਸ ਦੇ ਨਾਲ ਹੀ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਸਮੁੱਚੇ ਸਮੇਂ ਵਿੱਚ ਸਰਕਾਰੀ ਕੰਮ ਕਾਜ ਲਗਭਗ ਰੁਕ ਹੀ ਜਾਂਦੇ ਹਨ ਡੰਡੇ ਵਿਕਾਸ ਦੇ ਕੰਮਾਂ ਤੇ ਰੋਕ ਲੱਗ ਜਾਂਦੀ ਹੈ ਅਤੇ ਡੇਢ ਮਹੀਨੇ ਤੱਕ ਸਾਰੇ ਦੇਸ਼ ਨੂੰ ਚੌਣ ਬੁਖਾਰ ਚੜਿਆ ਰਹਿੰਦਾ ਹੈ ਡੰਡੇ ਪੰਜਵੇਂ ਪੜਾਅ ਵਿੱਚ ਚਾਹੇ ਸੀਟਾਂ ਘਟ ਹਨ ਪਰ ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਰਾਜਨਾਥ ਸਿੰਘ ਵਰਗੇ ਆਗੂਆਂ ਦੀ ਕਿਸਮਤ ਦਾ ਇਸ ਪੜਾਅ ਦੌਰਾਨ ਫੈਸਲਾ ਹੋਣ ਕਰਕੇ ਇਸ ਦਾ ਆਪਣਾ ਮਹੱਤਵ ਬਣ ਗਿਆ ਹੈ ਡੰਡੇ ਇਸ ਵਾਰ ਸਭ ਤੋਂ ਔਖਾ ਕੰਮ ਜੰਮੂ ਕਸ਼ਮੀਰ ਵਿੱਚ ਚੋਣਾ ਕਰਵਾਉਣ ਦਾ ਸੀ ਜਿਸ ਨੂੰ ਕਈ ਪੜਾਵਾਂ ਵਿੱਚ ਵੰਡ ਕੇ ਬੜੀ ਮੁਸ਼ਕਲ ਨਾਲ ਪੂਰਾ ਕੀਤਾ ਜਾ ਸਕਿਆ ਹੈ ਢੰਗ ਪੰਜਵੇਂ ਗੇੜ ਦੀਆਂ ਚੋਣਾ ਵਿੱਚ ਵੱਡੀ ਹੱਦ ਤੱਕ ਉੱਤਰੀ ਭਾਰਤ ਦੇ ਉਹਨਾਂ ਰਾਜਾਂ ਵਿੱਚ ਚੋਣਾ ਹੋਈਆਂ ਹਨ ਜਿੰਨਾਂ ਵਿੱਚੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਸੀ ਡੰਡੇ ਸਾਲ 2014 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦਾ ਵਕਤ ਬੀਤ ਗਿਆ ਹੈ ਅਤੇ ਇਸ ਵਾਰ ਹਾਲਾਤ ਵੀ ਬਦਲੇ ਹੋਏ ਨਜ਼ਰ ਆਉਂਦੇ ਹਨ ਡੰਡੇ ਪਿਛਲੀ ਵਾਰ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਵੱਡਾ ਹੰਗਾਰਾ ਮਿਲਿਆ ਸੀ ਜਿਸ ਦੀ ਉਸ ਨੂੰ ਖੁਦ ਵੀ ਆਸ ਨਹੀਂ ਸੀ ਡੰਡੇ ਇਸ ਵਾਰ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਨਾਲ ਚੋਣਾ ਲੜ ਰਹੀਆਂ ਹਨ ਡੰਡੇ ਪਿਛਲੀ ਵਾਰ ਇਹਨਾਂ ਪਾਰਟੀਆਂ ਨੇ ਆਪੋ ਆਪਣੇ ਬਲਬੂਤੇ ਚੋਣਾ ਲੜੀਆਂ ਸੰਨ ਡੰਡੇ ਚੋਣਾ ਤੋਂ ਪਹਿਲਾਂ ਕਾਂਗਰਸ ਦਾ ਵੀ ਇਹੀ ਯਤਨ ਸੀ ਕਿ ਉਹ ਇਸ ਵੱਡੇ ਰਾਜ ਵਿੱਚ ਇਹਨਾਂ ਦੋਵਾਂ ਪਾਰਟੀਆਂ ਦੇ ਗੱਠ ਜੋੜ ਵਿੱਚ ਸ਼ਾਮਿਲ ਹੋ ਜਾਏ ਪਰ ਇਹਨਾਂ ਦੋਵਾਂ ਪਾਰਟੀਆਂ ਨੇ ਇੱਕ ਤਰ੍ਹਾਂ ਨਾਲ ਕਾਂਗਰਸ ਤੋਂ ਕਿਨਾਰਾ ਕਰ ਲਿਆ ਸੀ ਜਿਸ ਕਰਕੇ ਉਸ ਨੂੰ ਇਕੱਲੇ ਰੂਪ ਵਿੱਚ ਚੋਣਾ ਲੜਨੀਆਂ ਪਈਆਂ ਸੰਨ 2004 ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਮੱਧ ਪ੍ਰਦੇਸ਼ ਰਾਜਸਥਾਨ ਅਤੇ ਛਤੀਸਗੜ੍ਹ ਵਿੱਚ ਭਾਜਪਾ ਦੀ ਥਾ ਤੇ ਕਾਂਗਰਸ ਦੀਆਂ ਹਕੂਮਤਾਂ ਬਣ ਚੁੱਕੀਆਂ ਹਨ ਜਿਸ ਨਾਲ ਸਥਿਤੀ ਕਾਫੀ ਹੱਦ ਤੱਕ ਬਦਲ ਗਈ ਜਾਪਦੀ ਹੈ ਡੰਡੇ ਚਾਹੇ ਇਨਾ ਆਮ ਚੋਣਾ ਵਿੱਚ ਉੱਠੀ ਕੋਈ ਵੱਡੀ ਲਹਿਰ ਦਿਖਾਈ ਨਹੀਂ ਦਿੰਦੀ ਪਰ ਭਾਜਪਾ ਮੁੱਢਲੇ ਰੂਪ ਵਿੱਚ ਨਰਿੰਦਰ ਮੋਦੀ ਦੇ ਨਾਤੇ ਚੋਣਾ ਲੜਨ ਨੂੰ ਤਰਜੀ ਦੇ ਰਹੀ ਹੈ ਡੰਡੀ ਸਟਾਪ